ਕੁਐਸਚਨ ਆਨਸਰ ਨੇ ਈਟੀਟੀ ਦੇ ਰਿਗਾਰਡਿੰਗ ਜੋ ਵੀਡੀਓ ਪਾਇਆ ਸੀ ਉਸ ਦੇ ਰਿਗਾਰਡਿੰਗ ਕੁਐਸਚਨ ਨੇ ਸਰ ਬੀਐਡ ਤੇ ਈਟੀਟੀ ਵਿੱਚ ਕਿਹੜਾ ਕੋਰਸ ਬੈਟਰ ਹੈ ਤੁਸੀਂ ਇਹ ਵੀਡੀਓ ਦੇ ਨੀਚੇ ਦੇਖੋ ਫਸਟ ਲਿੰਕ ਪਾਇਆ ਹੈ ਇਹ ਮੈਂ ਹੁਣੇ ਪਾਇਆ ਹੈ ਤੁਹਾਡੇ ਇਸ ਦੇ ਜਵਾਬ ਵਿੱਚ ਪਾਇਆ ਹੈ ਈਟੀਟੀ ਵਰਸਸ ਬੀਐਡ ਲਿੰਕ ਇਸ ਨੂੰ ਕਲਿੱਕ ਕਰੋ ਤੁਹਾਨੂੰ ਕਲੀਅਰਲੀ ਪਤਾ ਲੱਗ ਜਾਏਗਾ ਕਿ ਕਿਹੜਾ ਤੁਹਾਡੇ ਲਈ ਬੈਟਰ ਹੈ ਕਿਉਂਕਿ ਕੇਸ ਟੂ ਕੇਸ ਡਿਪੈਂਡ ਕਰਦਾ ਤੁਹਾਡੀ ਐਸਪੀਰੇਸ਼ਨ ਤੇ ਗੋਲ ਕੀ ਹੈ ਜੌਬ ਲੈਣਾ ਚਾਹੁੰਦੇ ਹੋ ਹਨਾ ਕੁਆਲੀਫਿਕੇਸ਼ਨ ਵਗੈਰਾ ਸੋ ਇਸ ਨੂੰ ਦੇਖ ਲਓ ਇਹਦੇ ਵਿੱਚ ਪ੍ਰੋਬਲਮਸ ਹੈ ਰੀਅਲ ਕੰਪੀਟੀਸ਼ਨ ਹੈ ਅਵੇਲੇਬਲ ਕੈਂਡੀਡੇਟ ਕਿੰਨੇ ਨੇ ਈਟੀਟੀ ਦੇ ਪੀਐਸ ਟੈਟ ਕਿੰਨਿਆਂ ਦਾ ਕਲੀਅਰ ਹੈ ਹਨਾ ਜੋ ਕਿੰਨਿਆਂ ਨੇ ਅਪਲਾਈ ਕੀਤਾ ਸੀ ਕੁਝ ਇਸ ਤਰ੍ਹਾਂ ਦੀ ਜਾਣਕਾਰੀ ਦਾ ਕੰਪੈਰੀਜ਼ਨ ਹੈ ਬੀਐਡ ਦੇ ਮੁਤਾਬਕ ਬੀਐਡ ਦੀ ਸਬਜੈਕਟ ਵਾਈਜ਼ ਬਣਦੀ ਹੈ ਸੋ ਇਹ ਦੇਖ ਲੈ ਸਕਦੇ ਹਾਂ ਪਲੀਜ਼ ਐਡ ਮੋਰ ਇਨਫੋਰਮੇਸ਼ਨ ਅਬਾਊਟ ਐਗਜ਼ਾਮ ਫਾਰਮ ਫਿਲਿੰਗ ਐਂਡ ਡਿਟੇਲ ਇਸ ਲਈ ਹੈ ਸਰ ਇਹ ਜਿਹੜੀ ਫਾਰਮ ਫਿਲਿੰਗ ਜੇ ਤਾਂ ਤੁਸੀਂ ਐਂਟਰੈਂਸ ਟੈਸਟ ਦੀ ਗੱਲ ਕਰਦੇ ਹੋ ਹਜੇ ਡੇਟ ਨਹੀਂ ਆਈ ਐਕਸਪੈਕਟਡ ਡੇਟ ਜੋ ਹੈ 10-8 ਸਤੰਬਰ ਤੋਂ ਲੈ ਕੇ ਇਹ ਐਕਸਪੈਕਟਡ ਹੈ 20-25 ਤੱਕ ਹੈ ਨਾ 23 ਸਤੰਬਰ ਤੱਕ ਇਹਦੇ ਫਾਰਮ ਫਿਲ ਕਰਨ ਦੀ ਪ੍ਰੋਬੇਬਿਲਿਟੀ ਹੋਏਗੀ ਪਰ ਜਦੋਂ ਇਹ ਆਉਂਦੇ ਨੇ ਫਾਰਮ ਕਿਉਂਕਿ ਸਾਈਟ 'ਤੇ ਕੁਛ ਵੀ ਨਹੀਂ ਮਿਲ ਰਿਹਾ ਹਾਂ ਐਂਟਰ ਜੋ ਸੈਂਪਲ ਪੇਪਰ ਹੈ ਜੋ ਜਿੱਥੋਂ ਮਿਲਦਾ ਹੈ ਉਹ ਮੈਂ ਅਗਲੀ ਵੀਡੀਓ ਵਿੱਚ ਸੈਂਪਲ ਪੇਪਰ ਤੁਹਾਡੇ ਨਾਲ ਡਿਸਕਸ ਕਰਨਾ ਸ਼ੁਰੂ ਕਰ ਦਿੰਦਾ ਹਾਂ ਜੇਕਰ ਤੁਸੀਂ ਐਸਪੀਰੈਂਟ ਹੋਏ ਈਟੀਟੀ ਵਿੱਚ ਲੈਣਾ ਚਾਹੁੰਦੇ ਹੋ ਕਾਰਨ ਇਹ ਹੈ ਕਿ ਐਤਕੀ ਕੰਪੀਟੀਸ਼ਨ ਜ਼ਿਆਦਾ ਹੋਏਗਾ ਕਿਉਂਕਿ ਸੁਪਰੀਮ ਕੋਰਟ ਦਾ ਜੋ ਨਿਰਦੇਸ਼ ਆ ਚੁੱਕਾ ਹੈ ਬੀਐਡ ਵਾਲੇ ਅਲ ਵੱਖਰੇ ਹੈ ਔਰ ਪੋਸਟਾਂ ਮੋਸਟਲੀ ਈਟੀਟੀ ਦੀਆਂ ਜ਼ਿਆਦਾ ਨਿਕਲਦੀਆਂ ਹਨ ਯੂਨੀਵਰਸਲਾਈਜੇਸ਼ਨ ਪ੍ਰਾਇਮਰੀ ਐਜੂਕੇਸ਼ਨ ਨੈਸ਼ਨਲ ਐਜੂਕੇਸ਼ਨ ਪਾਲਿਸੀ ਇਹ ਸਾਰੇ ਦਬਾਅ ਜਿਹੜੇ ਨੇ ਈਟੀਟੀ ਵੱਲ 8ਵੀਂ ਤੱਕ 5ਵੀਂ ਤੱਕ ਜ਼ਿਆਦਾ ਦਬਾਅ ਪਾਉਂਦੇ ਨੇ ਇਸ ਲਈ ਮੋਸਟ ਪ੍ਰੋਬੇਬਲੀ ਇਹਨਾਂ ਦੀਆਂ ਪੋਸਟਾਂ ਜ਼ਿਆਦਾ ਨਿਕਲਣ ਦੇ ਚਾਂਸਿਸ ਹੋ ਸਕਦੇ ਨੇ ਤਾਂ ਕੰਪੀਟੀਸ਼ਨ ਇਹਦਾ ਜ਼ਿਆਦਾ ਹੋ ਸਕਦਾ ਹੈ 50 ਨੋਰਮਲੀ ਇੱਕ ਕਾਲਜ 'ਚ ਸੀਟਸ ਹੁੰਦੀਆਂ ਨੇ ਔਰ ਸੀਟਸ ਫਿਲ ਹੋ ਜਾਂਦੀਆਂ ਨੇ ਬੀਐਡ ਵਾਂਗੂ ਖਾਲੀ ਨਹੀਂ ਰਹੀਆਂ ਪਿੱਛੇ ਸੀਟਸ ਫਿਲ ਹੋ ਗਈਆਂ ਹੈ ਔਰ ਕੰਪੀਟੀਸ਼ਨ ਜ਼ਿਆਦਾ ਰਿਹਾ ਹੈ ਇਸ ਲਈ ਤੁਹਾਨੂੰ ਸੀਟ ਲੈਣ ਲਈ ਕੰਪੀਟ ਕਰਨਾ ਪਏਗਾ ਔਰ 9 ਸਬਜੈਕਟ ਹੈ ਦੈਟ ਇਜ਼ ਵਾਈ ਤੁਹਾਨੂੰ ਹੁਣ ਤੋਂ ਹੀ ਇਹ ਜਿਹੜੇ ਵੀਡੀਓ ਦਿੱਤੇ ਗਏ ਨੇ ਨੀਚੇ ਇਹ ਬੀਐਡ ਲਈ ਬੇਸ਼ੱਕ ਨੇ ਇਹਨਾਂ ਦੇ ਉੱਤੇ ਲਿਖ ਦਾਂਗਾ ਮੈਂ ਈਟੀਟੀ ਲਈ ਵੀ ਹੈ ਡੀਐਲਐਡ ਲਈ ਵੀ ਹੈ ਇਹ ਜਿਹੜੇ ਲਿੰਕ ਦਿੱਤੇ ਗਏ ਨੇ ਨਾ ਇਹ ਲਿੰਕ ਸਾਰੇ ਨੇ ਇਹਨਾਂ ਵਿੱਚ ਟੀਚਿੰਗ ਪੋਟੈਂਸ਼ੀਅਲ ਐਕਸਪੈਕਟਡ ਡਿਫੀਕਲਟੀ ਓਕੇ ਇਹ ਕੁਐਸਚਨ ਦੇਖੋ ਟੀਚਿੰਗ ਪੋਟੈਂਸ਼ੀਅਲ ਦੀ ਐਕਸਰਸਾਈਜ਼ ਸੇਮ ਹੀ ਰਹੇਗੀ ਈਟੀਟੀ ਅਤੇ ਇਹਨਾਂ ਲਈ ਹੈ ਨਾ ਸੋ ਇੰਗਲਿਸ਼ ਦੇ ਹੈ ਪਾਏ ਹੋਏ ਜਨਰਲ ਅਵੇਅਰਨੈਸ ਦੇ ਹੈ ਉਹਦਾ ਕੋਈ ਅੰਤ ਨਹੀਂ ਹੈ ਲੇਕਿਨ ਇਹ ਇੰਨੀਆਂ ਟੀਚਿੰਗ ਪ੍ਰੈਕਟਿਸ ਜਿਹੜੀ ਪ੍ਰੈਕਟਿਸ ਐਕਸਪੈਕਟਡ ਸੈੱਟ ਜਿਹੜੇ ਨੇ ਉਹ ਪਾਏ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਮੈਂਟਲ ਐਬਿਲਿਟੀ ਦੀਆਂ ਐਕਸਰਸਾਈਜ਼ ਨੇ ਹੈ ਨਾ ਜੀਕੇ ਦੀਆਂ ਡਿਜੀਟਲ ਏਰੀਆ ਵਾਈਜ਼ ਹੈ ਇਹ ਸਾਰੇ ਲਿੰਕ ਪਾਏ ਹੋਏ ਨੇ ਸੋ ਇਹਨਾਂ ਦੇ ਵਿੱਚੋਂ ਤੁਸੀਂ ਇਹ ਦੇਖ ਸਕਦੇ ਹੋ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਸਕਦੇ ਹੋ ਨਾਲੋ ਨਾਲ ਅੱਛਾ ਨੈਕਸਟ ਕੀ ਹੈ ਸਰ ਪਲੀਜ਼ ਵੀਡੀਓ ਬਣਾ ਕੇ ਦੱਸੋ ਕਿ ਈਟੀਟੀ ਦੀ ਮੈਰਿਟ ਕਿੱਥੇ ਅਤੇ ਬੀਐਡ ਦੀ ਪੋਸਟ ਵਿੱਚ ਐਸਸੀ ਬੀਐਡ ਦੀ ਪੋਸਟ ਵਿੱਚ ਐਸਸੀ ਬੀਸੀ ਜਨਰਲ ਦੀ ਮੈਰਿਟ ਕਿੱਥੇ ਜਾਂਦੀ ਹੈ ਸਰ ਮੈਂ ਇਹ ਡਾਟਾ ਕਲੈਕਟ ਕਰ ਰਿਹਾ ਹਾਂ ਜ਼ਰੂਰ ਤੁਹਾਡਾ ਆਨਸਰ ਇਹ ਮਿਲੇਗਾ ਕਾਫੀ ਡਾਟਾ ਹੈ ਮੇਰੇ ਕੋਲ ਲੇਕਿਨ ਹਰ ਸਬਜੈਕਟ ਦਾ ਹਜੇ ਨਹੀਂ ਹੈ ਸੋ ਪੋਸਟ ਸਾਰੀਆਂ ਜਿਹੜੀਆਂ ਮੈਂ ਵੀਡੀਓ ਪਿੱਛੇ ਦਿਖਾ ਕੇ ਵੀ ਆਇਆ ਹਾਂ ਪਿਛਲੇ ਵੀਡੀਓ ਵਿੱਚ ਕਿ ਜਿਹੜੀਆਂ ਮੈਰਿਟ ਕਿੱਥੇ ਗਈ ਸੀ ਨਾ 118-18 'ਤੇ ਮੈਥ ਦੀ ਸ਼ਾਇਦ ਗਈ ਸੀ 145 'ਤੇ ਐਸਐਸਟੀ ਦੀ ਗਈ ਸੀ ਸੋ ਕੈਟਾਗਰੀ ਵਾਈਜ਼ ਵੀ ਉਹ ਡਾਟਾ ਮੈਂ ਕਲੈਕਟ ਕਰ ਰਿਹਾ ਹਾਂ ਸਾਰਿਆਂ ਦਾ ਡਾਟਾ ਕਲੈਕਟ ਕਰਕੇ ਤੁਹਾਨੂੰ ਇਹ ਵੀਡੀਓ ਜ਼ਰੂਰ ਪਾ ਦਾਂਗਾ ਤੁਸੀਂ ਯਾਦ ਕਰਾਉਂਦੇ ਰਹੋ ਇਹ ਨਾ ਨਾਰਾਜ਼ ਹੋਵੋ ਕਿ ਮੇਰਾ ਪੇਪਰ ਨਹੀਂ ਦਿੱਤਾ ਗਿਆ ਤੁਹਾਡਾ ਇੱਕ ਕੰਟੈਂਟ ਜਿਹੜਾ ਹੈ ਕਮੈਂਟ ਹੈ ਕਈ ਜਣਿਆਂ ਦਾ ਭਲਾ ਕਰਦਾ ਹੈ ਸੋ ਥੈਂਕ ਯੂ ਕੁਲਜੀਤ ਸਿੰਘ ਜੀ ਨਿਰਾਸ਼ ਨਹੀਂ ਹੋਣਾ ਮੈਂ ਤੁਹਾਡਾ ਜਵਾਬ ਨਹੀਂ ਦਿੱਤਾ ਤੁਸੀਂ ਮੈਂ ਲਾਸਟ ਵਾਲਾ ਵੀ ਪੜ੍ਹ ਰਿਹਾ ਹੈ ਦੇ ਪੋਸਟ ਵਿੱਚ ਬੀਐਸਸੀ ਹੋ ਕੇ ਕਿੱਥੇ ਜਾਂਦੀ ਹੈ ਅਤੇ ਈਟੀਟੀ ਮੈਰਿਟ ਬੀਐਡ ਮੈਰਿਟ ਅਤੇ ਵੀਡੀਓ ਬਣਾਓ ਤੁਸੀਂ ਪਹਿਲੇ ਵਾਲੀ ਵੀਡੀਓ ਦੇ ਵਿੱਚ ਮੈਰਿਟ ਦਾ ਕੰਪੈਰੀਜ਼ਨ ਨਹੀਂ ਕੀਤਾ ਪਲੀਜ਼ ਮੈਰਿਟ ਦਾ ਕੰਪੈਰੀਜ਼ਨ ਕਰ ਦਿਉ ਤੁਸੀਂ ਕੀ ਕਹਿ ਰਹੇ ਹੋ ਮੈਰਿਟ ਦਾ ਕੰਪੈਰੀਜ਼ਨ ਮੈਂ ਇਹ ਗੱਲ ਨਹੀਂ ਸਮਝਿਆ ਬੀਐਡ ਅਤੇ ਮੈਰਿਟ ਅਤੇ ਈਟੀਟੀ ਦੀ ਮੈਰਿਟ ਐਂਟਰੈਂਸ ਟੈਸਟ ਦੀ ਗੱਲ ਕਰ ਰਹੇ ਹੋ ਜਾਂ ਪੋਸਟ ਦੀ ਜੋਬ ਦੀ ਸਿਲੈਕਸ਼ਨ ਟੈਸਟ ਦੀ ਗੱਲ ਕਰ ਰਹੇ ਹੋ ਇਸ ਲਈ ਤੁਸੀਂ ਇਸ ਕਮੈਂਟ ਨੂੰ ਕਲੀਅਰ ਕਰਕੇ ਮੈਨੂੰ ਦੁਬਾਰਾ ਪਾਓ ਮੈਂ ਜ਼ਰੂਰ ਤੁਹਾਡੀ ਸਲਾਹ 'ਤੇ ਚੱਲਾਂਗਾ ਪਲੀਜ਼ ਐਂਟਰੈਂਸ ਟੈਸਟ ਦੀ ਤਿਆਰੀ ਕਰਵਾ ਦਿਉ ਉਹ ਵੀਡੀਓ ਦਿੱਤੇ ਨੇ ਅਤੇ ਨਾਲ ਨਵੀਂ ਤਿਆਰੀ ਵੀ ਸ਼ੁਰੂ ਕਰ ਦਿੰਦੇ ਹਾਂ ਸਟੈਪ ਬਾਏ ਸਟੈਪ 9 ਸਬਜੈਕਟ ਨੇ ਕਵਰ ਕਰਨੇ ਕਾਫੀ ਔਖੇ ਨੇ ਲੇਕਿਨ ਕੋਈ ਗੱਲ ਨਹੀਂ ਪ੍ਰੈਕਟਿਸ ਕਰਦੇ ਹਾਂ ਸਰ ਔਨਲਾਈਨ ਤਿਆਰੀ ਕਰਵਾਓਗੇ ਹਾਂਜੀ ਮੈਂ ਕਰਵਾ ਦਾਂਗਾ ਜੀ ਸਰ ਜੀ ਕਿੰਨੀ ਕੱਟ ਆਫ ਜਾ ਸਕਦੀ ਹੈ ਐਂਟਰੈਂਸ ਟੈਸਟ ਦੀ ਇਸ ਤਰ੍ਹਾਂ ਨਹੀਂ ਸੋਚਣਾ ਡੂ ਯੂਅਰ ਬੈਸਟ ਇਹ ਗੱਲ ਯਾਦ ਰੱਖਣੀ ਹੈ ਕਿ ਤੁਸੀਂ ਅੱਛਾ ਕਰਨਾ ਹੈ ਕਾਰਨ ਇਹ ਹੈ ਕਿ ਤਿਆਰੀ ਜਿਹੜੀ ਮੈਂ ਕਰਵਾਵਾਂਗਾ ਉਹਦੇ ਵਿੱਚ ਗੈਸ ਵਰਕ ਦੀ ਪ੍ਰੋਬੇਬਿਲਿਟੀ ਰਹਿੰਦੀ ਹੈ ਬੇਸ਼ੱਕ ਸਾਡੇ ਕੋਲ ਪਿਛਲੇ ਪੇਪਰ ਨਹੀਂ ਹਨ ਸੈਂਪਲ ਪੇਪਰ ਹੈ ਜੇ ਪਿਛਲੇ ਪੇਪਰ ਵੀ ਕੋਈ ਮਿਲਿਆ ਉਹ ਵੀ ਡਿਸਕਸ ਕਰਾਂਗੇ
किसी होर स्टेट का मिल गया वो डिस्कस कर लेंगे, लेकिन किन्नी जाएगी इस ते ना सोचो। तुसी एक हो कि मैं मैक्सिमम करना है। बी एड के जिहड़े हुण फोन मैनू आ रहे हैं किसी के 60, 69, 70 तक, है ना, कई 50 तक जिन्हों के रह गए ने पछता रहे हैं कि दूर सीट मिल रही है, नेड़े नहीं मिल रही। जे मिल भी गई लास्ट तो खज्जल तो हो रहे हैं ना। इसलिए तुसी मेहनत करनी स्टार्ट कर दो, और मेहनत दे नाल नाल स्ट्रैटेजी जिहड़ियां सिखावांगा कि जदों कोई उत्तर नहीं आता, घट नॉलेज है उसके उत्तर के राय पर कितना पहुँचना है, यह स्ट्रैटेजी है। 20-30 क्वेश्चन के आंसर इस तरह असं लभ सकते हैं। सर मैं SST दे कदों एडिशनल दे सकते हो? जो तुम चाहो दे सकते हो, एक महीना लास्ट डेट है 25 to 30 September है तिना यूनिवर्सिटी की। तुम हमने तो ही भर सकते हो, बी एड के नाल भी कर सकते हो, बी एड तो बाद भी कर सकते हो। SST तुम्हें क्या है मैं यही नहीं दसिया, बी एड के दे। सो जे बी ए दे है तुसी नाल नाल भी कर सकते हो। सर 2022-24 सैशन का पेपर कदों होना हो गया? 2022-24 सैशन का पेपर कदों होना हो गया, मैनू नहीं पता की पूछा है। 2022 का तुसी एंट्रेंस टेस्ट का पूछ रहे हो, CET इस तरह लिखो कि उसका पूछ रहे हो। उस पहला कोई एंट्रेंस टेस्ट नहीं होया, बड़ी देर बाद शायद 5, 7, 8, 10 साल बाद पता कर लाँगा पेपर हो रहा है। सो पिछली साढ़े कोई जानकारी नहीं है। सर मेरा BA में होम साइंस इलेक्टिव पंजाबी फोक वक्रे तौर पर कर लेने जेडे ETT दे, पहला इस वीडियो सिर्फ वो करांगे। सर मैं BEd का एंट्रेंस टेस्ट दिता है तो मैं BEd करना चाहती हाँ, जरूर करो जी। इन्होंने दिता है 25 to 30 हज़ार है ऑफिशियल, है ना, 25 to 30 हज़ार एग्जैक्ट, यदा मतलब एग्जैक्ट नहीं है हजे क्लीयर। सो जे 80 हज़ार विद के करीब वैसे सीट मिल जाती है। सो जो तुम्हें सीट लेनी है उदो गल कर सकते हो, 8427458483, है ना, इतने मेरे गल कर सकते हो। सर मेरा फस्ट काउंसलिंग आ गया सी, ए वी बी एड वाली गल है। सर 2016 मैंने ETT की सी, सैकेंड ईयर मेरा इंग्लिश का पेपर क्लीयर नहीं होया, कि हुण कुछ हो सकता है 2016? हाँ थोड़ा स्पेशल केस है, पूछना पएगा SCERT तो। जा चलो मैनू दोबारा तुसी ना फोन है 8427458483 ते मेरे ना गल करके, क्योंकि मेरे PhD वाले स्टूडेंट इन्हां कॉलेजां विच पढ़ाते हैं, उन्होंने तो मैं इनफॉर्मेशन लैके तुहानूं गाइड कर दाँगा। सॉरी कुलजीत सर जी, तुहाडा जवाब नहीं दिता। ETT दीआं बाकी गल्लां करदे हाँ। सो ETT लई यही है कि 9 सबजैक्ट ने, तैयारी शुरू तो हुण कर दो। तैयारी जिहड़ी शुरू तुसी करना चाहते हो ये है कि तुसी 5वीं 6वीं 7वीं दियाँ मैथ दियाँ एनवायरमेंट दियाँ पोलीटिकल साइंस हिस्ट्री इन्हां दियाँ जिहड़ियाँ 6वीं क्लास इन्ने कु नूं तां पढ़ना चाहिए है ना। सो 10वीं तक का पर पेपर आना है, तुसी 6वीं 7वीं तो शुरू कर सकते हो NCERT दियाँ जां पंजाब स्कूल जी दियाँ पोस्टां। पर मैं नाल नाल तुहानूं प्रैक्टिस सैट जरूर पावांगा, ये वादा रहा। नेक्स्ट है